ਜਿਵੇਂ ਤੁਹਾਡੀਆਂ ਚਾਰ ਕੁੜੀਆਂ ਨੇ, ਉਹਨਾਂ ਨੇ ਨਹੀਂ ਰੱਖਿਆ ਆਪਣੇ ਕੋਲ? ਕੁੜੀਆਂ ਪੱਤਾ ਫਿਰ ਘਰਾਂ ਦੇ ਮਜਬੂਰੀਆਂ ਵੇਖ, ਹੁਣ ਉਹ ਵੀ ਨੂੰਹਾਂ ਪੁੱਤਰ ਆ ਜਾਂਦਾ ਜਦੋਂ, ਅੱਜ ਕੱਲ੍ਹ ਸਖੇ ਪੁੱਤ ਨੂੰਹਾਂ ਬਣਦੀਆਂ ਨੇ ਅਤੇ ਉਹ ਤਾਂ ਫਿਰ ਦੋ ਤਿੰਨ ਨੂੰਹਾਂ। ਪਰਿਵਾਰ ਦੀ ਕਮੀ ਮਹਿਸੂਸ ਹੁੰਦੀ ਹੈ, ਯਾਦ ਆਉਂਦੀ ਹੈ? ਬਹੁਤ ਜ਼ਿਆਦਾ ਆਉਂਦੀ ਸੀ ਪਹਿਲੇ ਪਹਿਲੇ, ਹੁਣ ਨਹੀਂ ਆਉਂਦੀ। ਮੈਂ ਦੇਖੋ ਮੈਂ 1600 ਤਿੰਨ ਤਿੰਨ ਮਹੀਨੇ ਕਰਾਏ ਇਹਨਾਂ ਦੇ ਸਿਲੇ ਦੇ ਵੀ, ਅਤੇ ਮੈਂ ਦੁੱਧ ਆਪ ਆਪਣੇ ਚੁੱਕ ਚੁੱਕ ਨੀਂਦ ਆਉਣੀ ਅਤੇ ਗੋਦੀ ਝੋਕਾ ਲਾਉਣੀਆਂ, ਅਤੇ ਮੈਂ ਕਿਹਾ ਅੱਜ ਮੇਰੀ ਇਹ ਕਦਰ ਪਾਈ ਦੋਤਿਆਂ ਨੇ। ਹੁਣ ਇੱਥੇ ਸਾਡਾ ਘਰ ਆ ਅਤੇ ਇੱਥੇ ਸਾਡਾ ਰਿਸ਼ਤੇਦਾਰ ਆ ਅਤੇ ਇੱਥੇ ਸਾਡੇ ਭੈਣ ਭਰਾ, ਸਾਡੇ ਬੱਚੇ ਪੋਤੇ ਜੋ ਵੀ ਹੈਗਾ ਸਭ ਕੁਛ ਇੱਥੇ ਹੀ ਹੈ। ਅੱਛਾ, ਕਿੰਨੇ ਤੁਹਾਡੇ ਧੀ ਪੁੱਤ ਨੇ? ਮੇਰੇ ਪੁੱਤ 6 ਗੁੱਡੀਆਂ। ਅੱਛਾ, ਮਤਲਬ ਉਹਨਾਂ 'ਚੋਂ 2 ਮਰ ਗਈਆਂ, 4 ਆ ਗਈਆਂ। ਹਾਂ, ਅਤੇ ਪੁੱਤ? ਪੁੱਤ ਇੱਕੋ ਹੀ ਸੀ, ਉਹ ਲੱਖਾਂ 'ਚ ਪੁੱਤ ਇੱਕ ਸੀ, ਉਹ ਰੱਬ ਨੂੰ ਪਿਆਰਾ ਹੋ ਗਿਆ। ਦਾ ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਇੱਕ ਵਾਰ ਅਸੀਂ ਫਿਰ ਜਿਹੜੇ ਆਸ਼ਰਮ ਪਹੁੰਚੇ ਹਾਂ, ਜਿੱਥੇ ਕਿ ਸਾਡੇ ਨਾਲ ਜਿਹੜੇ ਬੇਬੇ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿੱਦਾਂ ਆਸ਼ਰਮ ਦੇ ਵਿੱਚ ਪਹੁੰਚੇ, ਕੀ ਕਾਰਨ ਬਣਿਆ, ਕਿੱਧਰ ਦੇ ਰਹਿਣ ਵਾਲੇ, ਸਾਰੀ ਗੱਲਾਂਬਾਤ ਕਰਦੇ ਅਤੇ ਤੁਹਾਡੇ ਤੱਕ ਵੀ ਪਹੁੰਚਾਉਂਦੇ ਹਾਂ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਹੈ, ਬਹੁਤ ਵਧੀਆ। ਪਹਿਲਾਂ ਇਹ ਦੱਸੋ ਕਿੱਧਰ ਦੇ ਰਹਿਣ ਵਾਲੇ ਹੋ? ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਤੋਂ ਲੁਧਿਆਣੇ ਕਿੱਦਾਂ ਪਹੁੰਚ ਗਏ? ਕਿੱਦਾਂ ਪਤਾ, ਕੁੜੀ ਮੇਰੇ ਵਿਆਹੀ ਇੱਥੇ। ਅੱਛਾ। ਮੇਰੀ ਨੂੰਹ ਕਹਿੰਦੀ ਜਾ ਮਿਲਿਆ ਮਾਤਾ ਕੁੜੀ ਨੂੰ, ਫਿਰ ਮੈਂ ਆ ਗਈ। ਆ ਗਈ, ਫਿਰ ਇੱਥੇ ਹੀ ਰਹਿਣਾ ਸਟਾਰਟ ਕਰਤਾ? ਨਹੀਂ ਪੁੱਤ, ਫਿਰ ਕੁੜੀ ਦੇ ਕੋਲ ਰਹਿੰਦੀ ਰਹੀ ਆ। ਫਿਰ ਉਹ ਕਹਿੰਦੀ ਮਾਤਾ ਮੇਰੇ ਕੋਲ ਵੀ ਕਮਰੇ 2 ਹੀ ਹੈ, ਮੈਂ ਮੁੰਡਾ ਹੁਣ ਵਿਆਹਣਾ ਆ, ਹੈਂ 2 ਮੇਰੇ ਮੁੰਡੇ ਆ, ਅਤੇ ਮੈਂ ਇੱਕ ਵੀ ਆਇਆ ਅਤੇ ਇੱਕ, ਹੁਣ ਕਹਿੰਦੀ ਕਮਰੇ 2 ਆ। ਅੱਛਾ। ਹੁਣ ਮੁੰਡਾ ਵਿਆਹਣਾ ਤਾਂ ਫਿਰ ਮਾਤਾ ਹੁਣ ਤੂੰ ਕਹਿੰਦੀ ਕਿੱਦਾਂ ਕਰੇਂਗੀ? ਅੱਛਾ। ਮੈਂ ਫਿਰ ਕਿਹਾ ਮੈਂ ਕਿਹਾ ਚੱਲ ਕੋਈ ਨਹੀਂ ਪੁੱਤ, ਮੰਮੀ ਕਿਰਾਇਆ ਤਰਾ ਲਾਂਗੇ। ਜਦੋਂ ਮੈਂ ਇੰਨੀ ਗੱਲ ਕਹੀ ਤਾਂ ਮੈਨੂੰ ਕਹਿੰਦੀ ਹੈ ਲੈ ਮਾਤਾ ਤੂੰ ਕਿਰਾਇਆ ਦੇ ਕਿੱਦਾਂ ਰਹੇਗੇ ਜੇ। ਫਿਰ ਨਾ ਉਹ ਸਾਡੇ ਲਾਗੇ ਸਰਪੰਚ ਰਹਿੰਦਾ ਸੀ ਉਹਨਾਂ ਦੇ ਮਹੱਲੇ ਦਾ, ਇੱਥੋਂ ਦਾ, ਅਤੇ ਉਹ ਰਹਿੰਦਾ ਅਤੇ ਉਹ ਕਹਿੰਦਾ ਮਾਤਾ ਤੂੰ ਇਹ ਕਹਿੰਦਾ ਕਿਰਾਇਆ ਤਾਂ ਕਿੱਦਾਂ ਰਹੇਗੀ, ਕਹਿੰਦਾ ਤੂੰ ਹਾਰਟ ਦੀ ਮਰੀਜ਼ ਆ, ਅੰਦਰ ਮਰ ਗਈ ਅਤੇ ਕਹਿੰਦਾ ਤੈਨੂੰ ਕਿੰਨਾ ਫਿਰ ਦੇਖਣਾ। ਮੈਂ ਕਹਿੰਦਾ ਨਹੀਂ ਚੱਲ ਤੈਨੂੰ ਮੈਂ ਆਸ਼ਰਮ ਛੱਡ ਗਿਆ ਵਾ, ਮੋਟਰਸਾਈਕਲ ਤਾਂ ਬਿਠਾਇਆ ਤਾਂ ਮੈਨੂੰ ਇੱਥੇ ਛੱਡ ਗਿਆ। ਅੱਛਾ, ਕਿੰਨੇ ਤੁਹਾਡੇ ਧੀ ਪੁੱਤ ਨੇ? ਮੇਰੇ ਪੁੱਤ 6 ਗੁੱਡੀਆਂ। ਅੱਛਾ। ਮਤਲਬ ਉਹਨਾਂ 'ਚੋਂ 2 ਮਰ ਗਈਆਂ, 4 ਆ ਗਈਆਂ। ਹਾਂ, ਅਤੇ ਪੁੱਤ? ਪੁੱਤ ਇੱਕੋ ਹੀ ਸੀ, ਉਹ ਲੱਖਾਂ 'ਚ ਪੁੱਤ ਇੱਕ ਸੀ, ਬਹੁਤ ਲੱਕੀ ਸੀ, ਕੰਮ ਬਹੁਤ ਕਰਦਾ ਸੀ, ਮੇਰੀ ਦੇਖਭਾਲ ਬਹੁਤ ਕਰਦਾ ਸੀ ਪੁੱਤਰ, ਅਤੇ ਫਿਰ ਰੱਬ ਨੇ ਜਿਵੇਂ ਉਹਨੂੰ ਚੰਗਾ ਨਹੀਂ ਲੱਗਾ, ਉਹ ਰੱਬ ਨੂੰ ਪਿਆਰਾ ਹੋ ਗਿਆ। ਅੱਛਾ, ਅਤੇ ਬਾਪੂ ਨੂੰ ਗਏ ਕਿੰਨਾ ਟਾਈਮ ਹੋ ਗਿਆ? ਉਹਨੂੰ 1 ਸਾਲ ਕੁ ਹੋ ਗਿਆ। ਸਾਲ ਹੋ ਗਿਆ ਬਾਪੂ ਨੇ ਗਏ ਨੂੰ? ਹਾਂਜੀ ਹਾਂਜੀ। ਅੱਛਾ, ਜਦੋਂ ਬਾਪੂ ਇਹ ਮਤਲਬ ਜਿਉਂਦੇ ਸੀਗੇ ਉਦੋਂ ਤੁਸੀਂ ਆਸ਼ਰਮ ਦੇ ਵਿੱਚ ਸੀਗੇ ਕਿ ਉੱਧਰ ਆਪਣੇ ਘਰ ਰਹਿੰਦੇ? ਆਸ਼ਰਮ ਸੀ। ਕਿਉਂ ਬਾਪੂ ਕੋਲ ਕਿਉਂ ਨਹੀਂ ਰਹਿੰਦੇ ਸੀ? ਬਾਪੂ ਪਤਾ ਕੀ ਕਹਿੰਦਾ ਸੀ, ਆਉਂਦਾ ਸੀ ਸੋਚਣੀ ਉਹਦੀ ਸਹੀ ਸੀ, ਕਹਿੰਦਾ ਸੀ ਵੇਖ ਉਹ ਆ 15-16 ਸਾਲਾਂ ਦੀ ਨੂੰਹ। ਅੱਛਾ। ਛੋਟੀ ਉਮਰ ਦਾ ਮੁੰਡਾ ਵਿਆਹ 20 ਸਾਲ ਦਾ। ਅੱਛਾ। ਅਤੇ ਛੋਟੀ ਉਮਰ ਆ ਅਤੇ ਕਹਿੰਦਾ ਇਹ ਕਿਤੇ ਹੋਰ ਜਾ ਪਊਗੀ ਤਾਂ ਸਾਡਾ ਘਰ ਬਰਬਾਦ ਹੋ ਜਾਏਗਾ, ਬੱਚੇ ਜਿਹੜੇ ਆ ਰੁਲ ਜਾਣਗੇ, ਅਤੇ ਕਹਿੰਦਾ ਮੈਂ ਇਹ ਚਾਹੁੰਦਾ ਮੈਂ ਆਪਣੀ ਨੂੰਹ ਨਾਲ ਰਹਿਣਾ, ਤੂੰ ਜਾ ਜਾ ਜਿੱਥੇ ਮਰਜ਼ੀ ਰਹਿ ਕਹਿੰਦਾ। ਅੱਛਾ। ਜਦੋਂ ਇੰਨੀ ਗੱਲ ਕਹੀ ਤਾਂ ਮੈਨੂੰ ਗੁੱਸਾ ਲੱਗਾ, ਮੈਂ ਕਿਹਾ ਵੀ ਇਹਨੇ ਇੰਨਾ ਨਹੀਂ ਸੋਚਿਆ ਵੀ ਅਖਰ ਵਿਆਹ ਕੇ ਆਈ ਹੈ ਅਤੇ ਇੰਨਾ ਸੋਚਦਾ ਵੀ 2 ਰੋਟੀਆਂ ਮੈਂ ਖਾਣੀਆਂ, 2 ਰੋਟੀਆਂ ਇਹਨੇ ਖਾਣੀਆਂ, ਹੈਂ ਵੀ ਇੰਨਾ ਤਾਂ ਕਹਿ ਦਿੰਦਾ ਵੀ ਚੱਲ ਭਾਈ ਇੱਕ ਗੱਲ ਆ ਤੁਸੀਂ ਮਤਲਬ ਨਹੀਂ ਇੱਥੇ ਰੋਟੀ ਖਾਏਗੀ, ਹੈਂ
ਫਿਰ ਨਾ ਥੋੜ੍ਹਾ ਜਿਹਾ ਜਦੋਂ ਹੁਣ ਪੂਰਾ ਹੋਇਆ ਨਾ ਅਤੇ ਹੁਣ ਸਾਲ ਮਗਰੋਂ ਨਾ ਕਿਸੇ ਦੇ ਅੱਗੇ ਗੱਲ ਕੀਤੀ ਸਾਡੇ ਗੁਆਂਢਣ ਦੇ ਨਰਸ ਵਾਲੇ ਡਾਕਟਰਨੀ ਕਹਿੰਦੀ ਹੈ ਮਾਮਾ ਜੀ ਇਹ ਮਾਮੇ ਨੂੰ ਨਹੀਂ ਲਿਆਉਣਾ ਅਤੇ ਉਹ ਆਉਂਦਾ ਲੈ ਹੁਣ ਤਾਂ ਮੈਂ ਵੇਰਾ ਫਰਿੱਜ ਲੈ ਆਉਂਦੀ ਹੈ ਹੈਂ ਫਰਿੱਜ ਲੈ ਆਉਂਦੀ ਉੱਪਰ ਵੀ ਕਹਿੰਦਾ ਤਿੰਨ ਮੰਜ਼ਲਾ ਬਣਾ ਲਿਆ ਅਤੇ ਕਹਿੰਦਾ ਰਹੂਗੀ ਇੱਥੇ ਮੇਰੇ ਕੋਲ ਹੀ ਅਤੇ ਇਹਦਾ ਪੁੱਤ ਆਇਆ ਪੋਤੀ ਸਾਰੇ ਪਰਿਵਾਰ ਆ ਅਤੇ ਆਪਾਂ ਇੱਥੇ ਰਵਾਂਗੇ ਜਦੋਂ ਇੰਨੀ ਗੱਲ ਕਹੀ ਅਤੇ ਨੂੰਹਾਂ ਬੰਦਗਾਂ ਨੇ ਤੇ ਉਹ ਫਿਰ ਦੋ ਤੇ ਨੂੰਹਾਂ ਤੇ ਉਹ ਕਹਿਣ ਲੱਗੀ ਇਹ ਮਤਲਬ ਜਿਹੜੇ ਕਹਿੰਦੀ ਹੈ ਮਾਤਾ ਇੱਕ ਕਹਿੰਦੀ ਹੈ ਵੀ ਮੈਂ ਤੇ ਇਹ ਕਹਿੰਦੀ ਮੇਰੀ ਨੂੰ ਕਹਿੰਦੀ ਹੈ ਦਾਨੀ ਨੂੰ ਰੋਟੀ ਦੇਵਾਂਗੇ ਕਿ ਤੈਨੂੰ ਦੇਵਾਂਗੇ ਹੈ ਅਤੇ ਮੈਨੂੰ ਬਸ ਉੱਦਣ ਦਾ ਫਿਰ ਮੈਨੂੰ ਨਾ ਇੰਨਾ ਗੁੱਸਾ ਜਿਹਾ ਲੱਗਾ ਮੈਂ ਦੇਖੋ ਮੈਂ ਸਵਾ ਸਵਾ ਤਿੰਨ ਤਿੰਨ ਮਹੀਨੇ ਕਰਾਏ ਇਹਨਾਂ ਦੇ ਸਿਲੇ ਦੇ ਵੀ ਅਤੇ ਮੈਂ ਦੁੱਧ ਆਪ ਆਪਣੇ ਚੁੱਕ ਚੁੱਕ ਨੀਂਦ ਆਉਣੀ ਅਤੇ ਗੋਦੀ ਝੋਕਾ ਲਾਉਣੀਆਂ ਅਤੇ ਮੈਂ ਕਿਹਾ ਅੱਜ ਮੇਰੀ ਇਹ ਕਦਰ ਪਾਈ ਦੋ ਤਿਆਂ ਨੇ ਮੈਂ ਵਾਕਈ ਲੋਕ ਕਹਿੰਦੇ ਦੋ ਤਾਂ ਆਰਾਮ ਖੋਰ ਹੁੰਦੇ ਲੱਗਦਾ ਪਹਿਲਾਂ ਕੀ ਹੈ ਫਿਰ ਉਹ ਹੀ ਦੋ ਤਾਂ ਨਿਕਲੇ ਨਾ ਕੋਈ ਤੇਰੇ ਵਰਗੂ ਨਾ ਵੇਖਦੀ ਸੀ ਪਈ ਉਹ ਨਾ ਮੇਰੇ ਵਰਗੀ ਨਾ ਇੱਕ ਪੋਤੇ ਨੂੰ ਨਾ ਜਿਹੜਾ ਨਾ ਉਹਨੂੰ ਉਂਗਲੀ ਲਾਇਆ ਤੇ ਦੋ ਤਿੰਨ ਚੱਕ ਕੇ ਨਾ ਮੋਢਿਆਂ ਤੇ ਰੱਖੀ ਜਾਵੇ ਤੁਹਾਡੇ ਵਰਗੀ ਕਹਿੰਦੀ ਹੈ ਵੇਖ ਮਾਨ ਹੈ ਨਾ ਇਹ ਦੋ ਤਰੇ ਨੂੰ ਨਾ ਇਹ ਮੋਢਿਆਂ ਤੇ ਪਾਇਆ ਸੀ ਅਤੇ ਪੋਤੇ ਨੂੰ ਉਂਗਲੀ ਲਾ ਕੇ ਤੁਰੀ ਜਾਂਦੀ ਹੈ ਹੈਂ ਅਤੇ ਫਿਰ ਨਾ ਜਦੋਂ ਇੰਨੀ ਗੱਲ ਹੋਈ ਤਾਂ ਮੁੜ ਕੇ ਕਹਿੰਦੀ ਹੈ ਆਉਂਦਾ ਕੁੱਤਾ ਆ ਗਿਆ ਕਹਿੰਦਾ ਹਲਾ ਹਲਾ ਮੇਰੀ ਨਾਨੀ ਦੀ ਲੱਤ ਫੜ ਲਾ ਹੈ ਅਤੇ ਉਹ ਜਦੋਂ ਕਹਿਣ ਲੱਗਾ ਹਲਾ ਨਾਨੀ ਦੀ ਲੱਤ ਫੜ ਲਾ ਫਿਰ ਆਉਂਦੀ ਦੁਰ ਫਿਰ ਟਾਈਮ ਦਫਾ ਜਾ ਕੇ ਚੱਕ ਕੇ ਥੱਲੇ ਧਾਰਤਾ ਕਹਿੰਦੀ ਵੀ ਮੇਰਾ ਪੋਤਰਾ ਹੈ ਹੈਂ ਫਿਰ ਵੀ ਕਹਿੰਦਾ ਮੇਰੀ ਬੀਬੀ ਹੈ ਕਿਉਂ ਉਹਦੀ ਲੱਤ ਫੜੇਗਾ ਤੇ ਫਿਰ ਕਹਿੰਦੀ ਪੋਤਰਾ ਦਾ ਵਾਲਾ ਗੋਦੀ ਚੱਕ ਲਿਆ ਸਹੀ ਨਾ ਸਿਆਰਿਆਂ ਦੇ ਪਰਿਵਾਰ ਦੀ ਕਮੀ ਮਹਿਸੂਸ ਹੁੰਦੀ ਹੈ ਯਾਦ ਆਉਂਦੀ ਹੈ ਬਹੁਤ ਜ਼ਿਆਦਾ ਆਉਂਦੀ ਸੀ ਪਹਿਲੇ ਪਹਿਲੇ ਹੁਣ ਨਹੀਂ ਆਉਂਦੀ ਹੁਣ ਪਤਾ ਕੀ ਹੁਣ ਮੈਂ ਢੀਠ ਬਣ ਗਈ ਹਾਂ ਕਹਿੰਦੇ ਜਿਹੜੇ ਮੈਨੂੰ ਨਹੀਂ ਪਿਆਰ ਕਰਦੇ ਮੈਂ ਉਹਨਾਂ ਨੂੰ ਨਹੀਂ ਕਹਿਣਾ ਮੈਂ ਠੀਕ ਹੈ ਸਹੀ ਗੱਲ ਆ ਪੁੱਤ ਇਹ ਨਹੀਂ ਵੀ ਮੈਂ ਭੁੱਖੇ ਨਾ ਕੇ ਕਰਦੀ ਹਾਂ ਬਹੁਤ ਜ਼ਿਆਦਾ ਸਾਡੀ ਨਾ ਜਿੰਨਾ ਸਰ ਮੈਂ ਨਾ ਇੰਨੀ ਸਾਡੀ ਅੱਗੇ ਦੁਕਾਨਾਂ ਸੀ ਪਿੱਛੇ ਮਕਾਨ ਸੀ ਹੈ ਅਤੇ ਮੇਰਾ ਘਰ ਵਾਲਾ ਇਕੱਲਾ ਸੀ ਚਾਰ ਭੈਣਾਂ ਸੀ ਜੋ ਜਾਇਦਾਦ ਸਾਰੇ ਮੇਰੇ ਘਰ ਵਾਲੇ ਦੀ ਸੀ ਨਾ ਹੈ ਕਿਉਂਕਿ ਮੇਰੇ ਸਹੁਰੇ ਨੇ ਕਹਿਤਾ ਵੀ ਮੇਰਾ ਇੱਕ ਪੁੱਤ ਆ ਵੀ ਅਸੀਂ ਖਰ ਕਿੱਦਣ ਅੱਖਾਂ ਮੀਟ ਜਾਣੀਆਂ ਅਤੇ ਕੱਲ੍ਹ ਨੂੰ ਕੁੜੀਆਂ ਰੋਟਾਂ ਪਾਉਣਗੀਆਂ ਅਤੇ ਕਹਿੰਦਾ ਮੈਂ ਤਾਂ ਨਾ ਕਰਾਤੀ ਮੇਰੇ ਘਰ ਵਾਲੇ ਸਾਰੀ ਜਗ੍ਹਾ ਜਦੋਂ ਕਰਾਤੀ ਅਤੇ ਮੁੜ ਕੇ ਨਾ ਇਹ ਦਾਰੂ ਪੀਂਦਾ ਹੁੰਦਾ ਸੀ ਬਹੁਤ ਜ਼ਿਆਦਾ ਦਾਰੂ ਸ਼ਰਾਬ ਮੀਟ ਸਭ ਕੁਛ ਖਾਂਦਾ ਸੀ ਤੁਹਾਡੇ ਹਸਬੈਂਡ ਹਾਂਜੀ ਅਤੇ ਜਿਹੜਾ ਨਾ ਇਹ ਤਾਂ ਨਾ ਲੱਗ ਪਿਆ ਜੀ ਜ਼ਿਆਦਾ ਰੋਜ਼ ਦੀ ਸ਼ਰਾਬ ਮੀਟ ਆਂਡੇ ਜੋ ਵੀ ਲੱਭਣਾ ਖਾਈ ਜਾਣਾ ਅਤੇ ਮੈਂ ਲਿਆ ਸੀ ਮਹਾਰਾਜ ਦਾ ਭਜਨ ਅਤੇ ਮੈਂ ਇਹਨਾਂ ਨੂੰ ਇੱਕ ਵਾਰ ਕਹਿਤਾ ਰਾਧਾ ਸਵਾਮੀ ਦਾ ਅਤੇ ਮੈਂ ਇਹਨਾਂ ਨੂੰ ਕਹਿਤਾ ਮੈਂ ਕਿਹਾ ਨਾ ਮੈਂ ਤੁਹਾਡੇ ਭਾਂਡੇ ਚੱਕਣੇ ਨਾ ਮੈਂ ਬਣਾ ਕੇ ਦੇਣੀ ਨਾ ਮੈਂ ਰੋਟੀ ਦੇਣੀ ਹੈਂ ਜੇ ਆਪੇ ਬਣਾਓ ਅਤੇ ਆਪੇ ਖਾਓ ਅਤੇ ਅੱਛਾ ਰੋਟੀ ਰੋਟੀ ਉਹਨੇ ਆਪੇ ਬਣਾ ਲੈਣੀ ਸਬਜ਼ੀ ਬਣਾ ਕੇ ਅਤੇ ਆਪੇ ਖਾਈ ਜਾਣੀ ਹੈਂ
ਅੱਛਾ ਮਾਤਾ ਇੱਕ ਗੱਲ ਦੱਸੋ, ਆਸ਼ਰਮ ਦੇ ਵਿੱਚ ਰਹਿ ਕੇ ਕਿੱਦਾਂ ਦਾ ਲੱਗਦਾ? ਲੱਗਦਾ ਹੁਣ ਪੁੱਤਰ ਠੀਕ ਵਧੀਆ ਲੱਗਦਾ, ਹੋਰ ਕੀ ਲੱਗਦਾ। ਕਿੱਦਾਂ ਮਤਲਬ ਕਿ ਪੂਰਾ ਟਾਈਮ ਕਿੱਦਾਂ ਮਤਲਬ ਕੱਢਦੇ ਹੋ, ਕੀ ਕਰਦੇ ਹੋ ਪੂਰੇ ਦਿਨ ਦੇ ਵਿੱਚ? ਦਿਨ 'ਚ ਬਸ ਕਰਨਾ ਕੀ ਹੈ, ਰੋਟੀਆਂ ਖਾ ਲਈਆਂ, ਚਾਹ ਪੀ ਲਈ, ਹੋਰ ਸਾਡਾ ਕਿਹੜਾ ਕੰਮ ਹੈ? ਜਾਂ ਤੁਹਾਡੇ ਵਰਗੇ ਕੇ ਬੱਚੇ ਆਏ, ਉਹਨਾਂ ਨਾਲ ਗੱਲਾਂ ਮਾਰ ਲਈਆਂ। ਕਿਆ ਬਾਤ ਹੈ, ਮਜ਼ਾ ਆਉਂਦਾ ਵੈਸੇ ਇੱਥੇ? ਮਜ਼ੇ ਨੂੰ ਪੁੱਤ ਸਾਰੇ ਕੰਮ ਹੀ ਕਰਨੇ ਪੈਂਦੇ ਆ, ਆਵੇ ਨਾ ਆਵੇ। ਹੁਣ ਪੁੱਤ ਢੀਠ ਬਣ ਕੇ ਰਹਿਣਾ ਤਾਂ ਹੈਗਾ ਹੀ, ਆਪਾਂ ਹੁਣ ਇੱਥੇ ਹੀ ਸਾਡਾ ਘਰ ਆ ਅਤੇ ਇੱਥੇ ਹੀ ਸਾਡਾ ਰਿਸ਼ਤੇਦਾਰ ਆ ਅਤੇ ਇੱਥੇ ਸਾਡੇ ਭੈਣ ਭਰਾ, ਸਾਡੇ ਬੱਚੇ ਪੋਤੇ ਜੋ ਵੀ ਹੈਗਾ ਸਭ ਕੁਛ ਇੱਥੇ ਹੀ ਹੈ। ਬਿਲਕੁਲ ਬਿਲਕੁਲ, ਹੋਰ ਨਹੀਂ ਪੁੱਤ ਕੋਈ ਗੱਲਬਾਤ, ਠੀਕ ਹੈ।